ਧੰਨ ਧੰਨ ਰਾਜਾ ਸਾਹਿਬ ਜੀ ਦੀ, ਜੈ ਰਾਜਾ ਸਾਹਿਬ ਜੀ ਦੀ। ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ। ਦੇਸ਼ ਵਿਦੇਸ਼ ਵਿੱਚ ਬੈਠੀ ਸਾਧ ਸੰਗਤ ਜੀ ਦੇ ਸਮੁੱਚੇ ਸਹਿਯੋਗ ਸਦਕਾ ਇਹ ਅਸੀਂ ਨਿਮਾਣਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਜੀਵਨੀ ਦੇ ਪਰਥਾਏ ਪਿਛਲੀਆਂ ਆਈਆਂ ਹੋਈਆਂ ਟੇਪਾਂ ਦੀ ਤਰ੍ਹਾਂ ਅਸੀਂ ਉਮੀਦ ਹੀ ਨਹੀਂ ਬਲਕਿ ਪੂਰਨ ਵਿਸ਼ਵਾਸ ਕਰਦੇ ਹਾਂ ਕਿ ਸਮੁੱਚੀ ਸਾਧ ਸੰਗਤ ਜੀ ਤੁਸੀਂ ਸਾਡੀ ਇਸ ਟੇਪ ਨੂੰ ਵੀ ਮਨਾ ਮੂਹੀ ਪਿਆਰ ਬਖਸ਼ੋਗੇ। ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀਆਂ ਇਹਨਾਂ ਰਚਨਾਵਾਂ ਨੂੰ ਗਾਉਣ ਲਈ ਆਪਣੀ ਮਿੱਠੀ ਅਤੇ ਪਿਆਰੀ ਆਵਾਜ਼ ਨਾਲ ਗੁਰਬਿੰਦਰ ਬੱਲੋਵਾਲ ਜੀ ਨੇ ਗਾਇਆ ਹੈ। ਇਹਨਾਂ ਰਚਨਾਵਾਂ ਨੂੰ ਸੰਗੀਤਕ ਧੁਨਾਂ ਨਾਲ ਸ਼ਿੰਗਾਰਨ ਲਈ ਬੀ ਆਰ ਡਿਮਾਣਾ ਜੀ ਨੇ ਜੀ ਤੋੜ ਮਿਹਨਤ ਕੀਤੀ। ਇਹਨਾਂ ਰਚਨਾਵਾਂ ਨੂੰ ਲਿਖਣ ਲਈ ਮੀਕਾ ਮਸਾਣੀ ਵਾਲਾ ਨੇ ਨੂਰੀ ਕਰਨਾ ਦੀਆਂ ਸਾਖੀਆਂ ਦੇ ਮੁਤਾਬਕ ਕਲਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਜਿਵੇਂ ਰਾਜਾ ਦਸ਼ਰਥ ਜੀ ਨੇ ਪੁੱਤਰ ਪ੍ਰਾਪਤੀ ਵਾਸਤੇ ਜੱਗ ਹਮਨ ਕੀਤੇ ਸਨ, ਪਤਰੇਸ਼ਟੀ ਜੱਗ ਕੀਤਾ, ਪ੍ਰਭੂ ਦੀ ਭਗਤੀ ਕੀਤੀ, ਐਸੇ ਹੀ ਬਾਬਾ ਮੰਗਲ ਦਾਸ ਜੀ, ਮਾਤਾ ਸਾਹਿਬ ਦੇਵੀ ਜੀ ਵੀ ਲੱਗੇ ਸਾਧੂ ਸੰਤਾਂ ਦੀ ਸੇਵਾ ਕਰਨ ਅਤੇ ਜੱਗ ਹਮਨ ਕਰਨ, ਪ੍ਰਭੂ ਦੀ ਭਗਤੀ ਕਰਨ ਲੱਗੇ। ਪੁੱਤਰ ਪ੍ਰਾਪਤੀ ਵਾਸਤੇ ਭਗਤੀ ਕਰਦੇ ਕਰਦੇ ਉਹ ਆਪ ਉੱਚ ਕੋਟੀ ਦੇ ਸਾਧੂ ਬਣ ਗਏ। ਗੁਰੂ ਤੇਗ ਬਹਾਦਰ ਜੀ ਵਾਂਗਰਾਂ ਅੱਖਾਂ ਦੇ ਕੋਣੇ ਵੀ ਵਿਰਾਗ ਦੇ ਪਾਣੀ ਨਾਲ ਖਰਾਬ ਹੋ ਗਏ ਸਨ, ਕੁਝ ਨਜ਼ਰ ਵੀ ਕਮਜ਼ੋਰ ਹੋ ਗਈ ਅਤੇ ਇੱਕ ਦਿਨ ਆਕਾਸ਼ਬਾਣੀ ਹੋਈ, ਬੰਦਗੀ ਮਨਜ਼ੂਰ ਹੋਈ, ਖੁਦ ਭਗਵਾਨ ਜੀ ਆਪ ਜੀ ਦੇ ਘਰ ਪ੍ਰਗਟ ਹੋਣਗੇ ਅਤੇ 21 ਕੁਲਾਂ ਦਾ ਤੁਹਾਡਾ ਉਧਾਰ ਕਰਨਗੇ, ਸੰਸਾਰ ਨੂੰ ਸਿੱਧੇ ਰਾਹੇ ਲਾਵੇਗਾ। ਖੁਦਾ ਨੇ ਬੁੱਢੀ ਉਮਰ ਚ ਮਿਲੂਗਾ ਸਹਾਰਾ, ਆਖਿਆ ਮਹਾਤਮਾ ਨੇ ਜਨਮ ਲਵੇਗਾ, ਆਖਿਆ ਮਹਾਤਮਾ ਨੇ ਜਨਮ ਲਵੇਗਾ ਤੁਹਾਡੇ ਘਰ ਇੱਕ ਪੁੱਤਰ ਪਿਆਰਾ। ਕੀਤੀ ਮਨਜ਼ੂਰ ਤੁਹਾਡੀ ਬੰਦਗੀ ਖੁਦਾ ਨੇ ਬੁੱਢੀ ਉਮਰ ਚ ਮਿਲੂਗਾ ਸਹਾਰਾ, ਕੀਤੀ ਮਨਜ਼ੂਰ ਤੁਹਾਡੀ ਬੰਦਗੀ ਖੁਦਾ ਨੇ ਬੁੱਢੀ
ਖਾਵੇ ਖਵਾਏਗਾ ਆਖਦਾ ਏ ਮਿੱਕਾ ਤਮ ਸਾਣੀ ਵਾਲਾ ਸੱਚ ਆਖਦਾ ਏ ਮਿੱਕਾ ਤਮ ਸਾਣੀ ਵਾਲਾ ਸੱਚ ਉਹਦੀ ਪੂਜਾ ਕਰੂਗਾ ਜਗ ਸਾਰਾ ਕੀਤੀ ਮਨਜ਼ੂਰ ਤੁਹਾਡੀ ਬੰਦਗੀ ਖੁਦਾ ਨੇ ਬੁੱਢੀ ਉਮਰ ਚ ਮਿਲੂਗਾ ਸਹਾਰਾ ਕੀਤੀ ਮਨਜ਼ੂਰ ਤੁਹਾਡੀ ਬੰਦਗੀ ਖੁਦਾ ਨੇ ਬੁੱਢੀ ਉਮਰ ਚ ਮਿਲੂਗਾ ਸਹਾਰਾ ਕੀਤੀ ਮਨਜ਼ੂਰ ਤੁਹਾਡੀ ਬੰਦਗੀ ਖੁਦਾ ਨੇ ਬੁੱਢੀ ਉਮਰ ਚ ਮਿਲੂਗਾ ਸਹਾਰਾ।